ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ ਆਉਣਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 15 ਦਸੰਬਰ 2014 3 ਮਗਰ ਨਾਨਕਸ਼ਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਐਮ ਵਿਸ਼ੇ ਨਾਲ ਜੀ ਅੱਜ ਦਾ ਸਬ ਤੋਂ ਪਹਿਲਾਂ ਤਾਂ ਅਸੀਂ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਜਿਹੜਾ ਲਿੰਟ ਕੈਫੇ ਚ ਹੋਈ ਘਟਨਾ ਜਿਹਦੇ ਚ ਲਗਭਗ 16 ਘੰਟੇ ਇੱਕ ਹਮਲਾਵਰ ਨੇ ਜਿਹੜਾ ਲੋਕਾਂ ਨੂੰ ਹੌਸਟੇਜ ਬਣਾਇਆ 40 ਦੇ ਕਰੀਬ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਨੇ ਕਾਬੂ ਕਰ ਲਿਆ ਬੰਦੂਕਧਾਰੀ ਸੀ ਜੀ ਔਰ ਜਿਹੜਾ ਉਹਨਾਂ ਦਾ ਪੁਲਿਸ ਕਮਾਂਡੋ ਆਪਰੇਸ਼ਨ ਹੋਇਆ ਅਖੀਰ 16 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਉਸਤੇ ਵਿੱਚ ਤਿੰਨ ਬੰਦੇ ਜਿਨ੍ਹਾਂ ਚ ਇੱਕ ਜਿਹੜਾ ਉਹ ਸਥਾਨ ਨੂੰ ਨਾਲ ਸਾਰਿਆਂ ਨੂੰ ਬੰਧਕ ਬਣਾਉਣ ਵਾਲਾ ਸੀ ਹੌਸਟੇਜ ਬਣਾਉਣ ਵਾਲਾ ਸੀ ਉਹ ਵੀ ਮਾਰੇ ਗਿਆ ਔਰ ਉਸ ਲਿੰਡ ਕੈਫੇ ਦਾ ਮੈਨੇਜਰ ਔਰ ਇੱਕ ਬੀਬੀ ਜਿਹੜੀ ਪੇਸ਼ੇਵਰ ਜੋ ਵਕੀਲ ਸੀ ਇਹ ਮਾਰੇ ਗਏ ਜੀ ਚਾਰ ਦੇ ਕਰੀਬ ਪੁਲਿਸ ਵਾਲੇ ਵੀ ਜ਼ਖਮੀ ਹੋਏ ਔਰ ਜਿਹੜੇ ਹੌਸਟੇਜ ਸੀ ਉਹਨਾਂ ਚੋਂ ਵੀ ਕੁਝ ਜਿਹੜੇ ਨਹੀਂ ਅਜੇ ਵੀ ਸ਼ੌਕ ਦੀ ਸਿਚੁਏਸ਼ਨ ਚ ਨੇ ਸੋ ਅਸੀਂ ਮਾਰੇ ਗਿਆਆਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਜੀ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਹੀ ਇੱਕ ਇਸ ਕਿਸਮ ਦਾ ਵਾਕਿਆ ਕਿਸੇ ਇੱਕ ਥਾਂ ਤੇ ਹੁੰਦਾ ਹੈ ਉਸ ਦੇ ਵਿੱਚ ਦੋ ਬੇਗੁਨਾਹ ਤਾਂ ਮਾਰੇ ਹੀ ਗਏ ਪਰ ਸਾਰੀ ਮੁਸਲਮਾਨ ਕਮਿਊਨਿਟੀ ਕਿਉਂਕਿ ਜਿਹੜਾ ਇਹ ਸਾਰਾ ਬੰਦਕ ਬਣਾਉਣ ਵਾਲਾ ਸੀ ਹੌਸਟੇਜ ਲੈਣ ਵਾਲਾ ਸੀ ਉਹ ইরਾਨੀ ਮੂਲ ਦਾ ਇੱਕ ਬੰਦਾ ਸੀ ਜਿਹਨੇ ਕਿ ਆਸਟ੍ਰੇਲੀਆ ਦੇ ਵਿੱਚ ਆ ਕੇ ਜਿਹੜੀ ਉਹ ਪੋਲੀਟੀਕਲ ਅਸਾਈਲਮ ਲਈ ਹੋਈ ਸੀ ਜੀ ਹੁਣ ਇਸ ਕਿਸਮ ਦੇ ਵਾਕਿਆ ਦਾ ਫੌਰੀ ਅਸਰ ਤਾਂ ਇਹ ਹੁੰਦਾ ਕਿ ਵੀ ਉਸ ਧਰਮ ਵਾਲਿਆਂ ਨੂੰ ਔਰ ਸਿੱਖਾਂ ਦੇ ਹਵਾਲੇ ਨਾਲ ਅਸੀਂ ਖਾਸ ਤੌਰ ਤੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਵਸਦੇ ਨੇ ਪਿਛਲੇ 10 ਸਾਲਾਂ ਚ ਗਿਣਤੀ ਹੋਰ ਵੀ ਵਧੀ ਹੈ ਸੈਂਸਸ ਦੇ لحاظ ਨਾਲ ਵੀ ਸੋ ਜਿਹੜੀ ਇਸ ਕਿਸਮ ਦੀ ਕੋਈ ਕਾਰਵਾਈ ਹੁੰਦੀ ਹੈ ਉਸ ਦੇ ਨਾਲ ਜਿਹੜਾ ਇੱਕ ਵਰਲਡ ਅੰਗਰੇਜ਼ੀ ਦਾ ਇੱਕ ਤਜ਼ੀਨੋਫੋਬੀਆ ਹੁੰਦਾ ਹੈ ਜੀ ਕਿ ਬਾਹਰਲੇਆਂ ਪ੍ਰਤੀ ਨਫ਼ਰਤ ਔਰ ਕਿਉਂਕਿ ਹੁਣ ਇਸ ਜਿਹੜਾ ਹੌਸਟੇਜ ਲੈਂਡਵਾਰਾ ਇਹਦਾ ਸਬੰਧ ਵੀ ਨਹੀਂ ਜਿਹੜਾ ਆਪਣੇ ਆਪ ਨੂੰ ਉਸ ਇਸਲਾਮਿਕ ਕਾਲਾ ਝੰਡਾ ਜਿਸ ਦੇ ਵਿੱਚ ਜਿਹੜਾ ਵਿਚਾਰ ਲਿਖਿਆ ਹੁੰਦਾ ਜਿਹੜਾ ਉਹਨਾਂ ਦਾ ਆਈਐਸਐਸ ਦਾ ਝੰਡਾ ਵੀ ਹੈ ਉਸ ਦੇ ਨਾਲ ਜਾ ਜੁੜਦੀ ਹੈ ਗੱਲ ਤੇ ਸਿੱਖਾਂ ਨੂੰ ਵੀ ਮਿਸਟੇਕਨ ਆਈਡੈਂਟੀਟੀ ਦਾ ਵੀ ਉਹ ਸ਼ਿਕਾਰ ਹੁੰਦੇ ਨੇ ਔਰ ਦੂਸਰੇ ਜਿਹੜੇ ਪ੍ਰੈਕਟਿਸਿੰਗ ਭਲੇ ਮੁਸਲਮਾਨ ਨੇ ਜਿਹੜੇ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਵੇਂ ਆਸਟ੍ਰੇਲੀਆ ਵਰਗੇ ਚ ਰਹਿ ਕੇ ਆਪਣੇ ਬੱਚਿਆਂ ਨੂੰ تعلیم ਦੇ ਰਹੇ ਨੇ ਜਾਂ ਉਥੋਂ ਦੀ ਆਜ਼ਾਦੀ ਨੂੰ ਮਾਨ ਰ ਰਹੇ ਨੇ ਉਹ ਵੀ ਸਾਰੇ ਜਿਹੜੇ ਨੇ ਇਕਵਾਰ ਮੈਜੋਰਟੀ ਲੋਕ ਜਿਨ੍ਹਾਂ ਨੂੰ ਕੋਈ ਬਹੁਤਾ ਗਿਆਨ ਨਹੀਂ ਹੁੰਦਾ ਕਿਦਾ ਕਿਸੇ ਨਾਲ ਕੀ ਸੰਬੰਧ ਹੈ ਜੀ ਕਿਸੇ ਦਾ ਕੋਈ ਵੀ ਹੁਣ ਜਿਹੜੀ ਇਸ ਬੰਦੇ ਦੀ ਬੈਕਗ੍ਰਾਉਂਡ ਵੀ ਆਈ ਹੈ ਇਸ ਬੰਦੂਕਧਾਰੀ ਦੀ ਕਿ ਉਹ ਮੈਂਟਲੀ ਅਪਸੈਟ ਸੀ ਪਹਿਲਾਂ ਹੀ ਉਹਨੇ ਸ਼ਾਇਦ ਵਾਈਫ ਦਾ ਵੀ ਮਰਡਰ ਕੀਤਾ ਪੈਰੋਲ ਤੇ ਬਾਹਰ ਆਇਆ ਹੋਇਆ ਸੀ ਜਿਹੜੇ ਆਸਟ੍ਰੇਲੀਆ ਦੇ ਫੌਜੀ ਜਾ ਕੇ ਅਫਗਾਨਿਸਤਾਨ ਤੇ ਦੂਸਰੀਆਂ ਥਾਵਾਂ ਤੇ ਮਾਰੇ ਗਏ ਉਹਨਾਂ ਦੇ ਘਰ ਵਾਲਿਆਂ ਨੂੰ ਜਿਹੜਾ ਉਹ ਗਾਲੀ ਗਲੋਚ ਵਾਲੀਆਂ ਚਿੱਠੀਆਂ ਲਿਖਦਾ ਰਿਹਾ ਸੋ ਜਾ ਰਿਹਾ ਵੀ ਮੈਂਟਲੀ ਡਿਸਟਰਬਡ ਵੀ ਹੋਏਗਾ ਲੇਕਿਨ ਇਹਦੇ ਨਾਲ ਇਹ ਹੈ ਕਿ ਹੁਣ ਜਿਹੜੇ ਵੀ ਕੋਈ ਰਾਂਚੋਂ ਜਾਂ ਦੂਸਰੇ ਮੁਲਕਾਂ ਚੋਂ ਵੀ ਜਿਹੜੇ ਐਸਾਈਲਮ ਦੇ ਲਈ ਆ ਕੇ ਅਪਲਾਈ ਕਰਦੇ ਨੇ ਕਿ ਜੇ ਅਸੀਂ ਆਪਣੇ ਦੇਸ਼ਾਂ ਦੇ ਵਿੱਚ ਸਫਰ ਕਰ ਰਹੇ ਹਾਂ ਡੂ ਟੂ ਰਿਲੀਜੀਅਸ ਫੇਥ ਜਾਂ ਪੋਲੀਟੀਕਲ ਬਿਲੀਫ ਫਿਰ ਜਿਹੜੇ ਲੋਕ ਇਹਨਾਂ ਮੁਲਕਾਂ ਚ ਖਾਸ ਤੌਰ ਤੇ ਹੁਣ ਯੂਰਪ ਦੇ ਵਿੱਚ ਵੀ ਇੱਕ ਲਹਿਰ ਹੈ ਜਿਹੜੀ ਇਮੀਗ੍ਰੈਂਟਸ ਦੇ ਖਿਲਾਫ ਹੈ ਔਰ ਇਵਨ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਪੋਪ ਨੇ ਵੀ ਇੱਕ ਸਟੇਟਮੈਂਟ ਦਿੱਤੀ ਹੈ ਯੂਰਪ ਦੇਸ਼ਾਂ ਦੇ ਹਵਾਲੇ ਨਾਲ ਕਿ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਇੰਟਾਈ ਇਮੀਗਰੈਂਟ ਪਾਲਿਸਿਜ਼ ਨੇ ਇਹਨਾਂ ਨੂੰ ਬੰਦ ਕਰੋ ਇਹਨਾਂ ਨੂੰ ਸੋ ਇਦਾਂ ਦੀ ਜਦੋਂ ਘਟਨਾ ਹੁੰਦੀ ਐ ਜਿਹੜੇ ਲੋਕ ਆਲਰੇਡੀ ਐ ਨਾ ਮੁਲਕਾਂ 'ਚ ਵੀ ਰੇਸਿਸਟ ਜਾਂ ਸੋ ਕਾਲਡ ਨੈਸ਼ਨਲਿਸਟ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਐ ਕਹਿਣ ਦਾ ਕਿ ਜੀ ਦੇਖੋ ਇਹ ਬਾਹਰੋਂ ਆਂਦੇ ਨੇ ਆਪਣੇ ਆਪ ਨੂੰ ਪੋਲੀਟਿਕਲੀ ਪਰਸੀਕਿਊਟਿਡ ਕਹਿੰਦੇ ਨੇ ਔਰ ਇੱਥੇ ਆ ਕੇ ਸਾਡਾ ਅਮਨ ਚੈਨ ਭੰਗ ਕਰਦੇ ਨੇ ਉਹ ਇਥੇ ਆ ਕੇ ਵਾਇਲੈਂਸ ਉਹ ਹਿਸਾਬ ਫਰਾਂਦੇ ਨੇ ਸੋ ਅਸੀਂ ਸਮਝਦੇ ਆਂ ਕਿ ਬਿਸ਼ੱਕ ਇਸ ਦੇ ਨਾਲ ਕਿਸੇ ਧਰਮ ਦਾ ਤਾਂ ਨਹੀਂ ਸੰਬੰਧ ਹੈ ਕੋਈ ਵੀ ਬੰਦਾ ਕ੍ਰੇਜ਼ੀ ਹੋ ਸਕਦਾ ਹੈ ਇਹਨਾਂ ਮੁਲਕਾਂ 'ਚ ਵੀ ਕਈ ਵਾਰ ਗੋਰੇ ਜਿਹੜੇ ਫੌਜ 'ਚੋਂ ਆਏ ਨੇ ਜਾਂ ਉਹਨਾਂ ਦਾ ਆਪਣਾ ਇਥੋਂ ਦੇ ਹਾਇਰ ਆਪ ਚ ਰਹਿ ਰਹੇ ਹੁੰਦੇ ਨੇ ਉਹਨਾਂ 'ਚ ਸੀਰੀਅਲ ਕਿਲਰ ਵੀ ਬਣ ਜਾਂਦੇ ਨੇ ਉਹਨਾਂ 'ਚੋਂ ਜਿਵੇਂ ਗੁਰਦੁਆਰਾ ਸਾਹਿਬ ਵਿਸਕான்ਸਨ ਦੇ ਵਿੱਚ ਜਿਹਨੇ ਜਿਹੜੇ ਨੇ ਸਿੱਖ ਮਾਰੇ ਅੰਦਰ ਆ ਕੇ ਉਹਨਾਂ ਦੇ ਵਿੱਚ ਉਹ ਸੀ ਜਿਹੜਾ ਫੌਜ ਦਾ ਵਿੱਚ ਵੀ ਰਿਹਾ ਸੀ ਜਾਂ ਹੋਰ ਵੀ ਘਟਰਾਵਾਵਾਂ ਹੁੰਦੀਆਂ ਨੇ ਪਰ ਕੁੱਲ ਮਿਲਾ ਕੇ ਪਹਿਲੀ ਗੱਲ ਸੇਮ ਔਰ ਡਰ ਹੁੰਦਾ ਆਪਣੇ ਲੋਕਾਂ ਦੇ ਵਿੱਚ ਵੀ ਔਰ ਅਸੀਂ ਵੀ ਜਦੋਂ ਇਦਾਂ ਦੀ ਘਟਨਾ ਹੁੰਦੀ ਹੈ ਭਾਵੇਂ ਆਸਟ੍ਰੇਲੀਆ 'ਚ ਵਾਪਰ ਰਿਹਾ ਸੀ ਅਸੀਂ ਆਪਣੇ ਆਸਟ੍ਰੇਲੀਆ ਦੇ ਭੈਣ ਭਰਾਵਾਂ ਦੇ ਲਈ ਵੀ ਜਿਹੜੇ ਉੱਥੇ ਬੈਠੇ ਸਾਡੇ ਗੁਰਸਿੱਖ ਨੇ ਉਹਨਾਂ ਲਈ ਚਿੰਤਤ ਸੀ ਜੀ ਕਿ ਭਈ ਕੋਈ ਪਤਾ ਨਹੀਂ ਹੈ ਕੌਣ ਕੀ ਇਹ ਇੰਡੀਅਨ ਏਜੰਸੀਜ਼ ਵੀ ਚਾਰਜ ਆਫੇਰ ਹੈ ਕਿਸ ਕਿਸਮ ਦਾ ਖਲਾਰਾ ਹੈ ਕਿਹੜੇ ਖਾਤੇ 'ਚ ਕੌਣ ਕੀ ਪਾਉਂਦਾ ਹੈ ਸੋ ਜਦੋਂ ਤੱਕ ਸਾਰੀਆਂ ਡਿਟੇਲਸ ਨਹੀਂ ਆ ਗਈਆਂ ਸਾਨੂੰ ਵੀ ਚੈਨ ਨਹੀਂ ਹੋਇਆ ਕਿ ਭਾਈ ਕੋਈ ਇਸ ਕਿਸਮ ਦਾ ਕੋਈ ਸਿੱਖ ਅੰਦਰ ਹੋਏ ਉਹਨਾਂ ਨੂੰ ਹੌਸਟੇਜ ਲਿਆ ਗਿਆ ਹੋਏ ਜਾਂ ਕੋਈ ਹੋਰ ਕਨੈਕਸ਼ਨ ਕਿਸੇ ਪਾਸੇ ਉਹਨਾਂ ਜੋੜਦੇ ਹੋਣ ਸੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਵੀ ਇਹ ਜਿਹੜੇ ਇਸ ਕਿਸਮ ਦੇ ਲੋਕ ਨੇ ਦਿਮਾਗੀ ਤੌਰ ਤੇ ਹਿੱਲੇ ਹੋਏ ਜਾਂ ਦਿਮਾਗੀ ਤੌਰ ਤੇ ਹੈਲਥੀ ਵੀ ਜਿਹੜੇ ਸਮਝਦੇ ਨੇ ਵੀ ਇਸ ਤਰੀਕੇ ਨਾਲ ਉਹ ਆਪਣੇ ਮਜ਼ਹਬ ਦੀ ਜਾਂ ਆਪਣੇ ਕੌਜ਼ ਦੀ ਕੋਈ ਸੇਵਾ ਕਰ ਰਹੇ ਨੇ ਮੈਂ ਸਮਝਦਾ ਹਾਂ ਵੀ ਇਸ ਦੇ ਉਲਟ ਇਹ ਉਹਨਾਂ ਲੋਕਾਂ ਦੇ ਵੀ ਦਰਵਾਜ਼ੇ ਬੰਦ ਕਰ ਰਹੇ ਨੇ ਜਿਹੜੇ ਕਿ ਜੈਨੂਇਲੀ ਕਿਤੇ ਸਫਰ ਕਰਦੇ ਨੇ ਤੇ ਉੱਥੋਂ ਨਿਕਲਣ ਦੇ ਲਈ ਉਹਨਾਂ ਨੂੰ ਫੇਰ ਕੋਈ ਰਸਤਾ ਚਾਹੀਦਾ ਹੈ ਪਹੁੰਚਦੇ ਨਹੀਂ ਉਹ ਵੈਸਟਰਨ ਕੰਟਰੀਜ਼ ਹੋਣ ਆਸਟ੍ਰੇਲੀਆ ਨਿਊਜ਼ੀਲੈਂਡ ਹੋਵੇ ਜਿੱਥੇ ਕਿ ਉਹਨਾਂ ਨੂੰ ਜਿਹੜਾ ਅਸਾਈਲਮ ਮਿਲਦੀ ਹੈ ਤੇ ਇਹ ਜਿਹੜੀ ਹੈ ਉਹ ਸਰਵਿਸ ਨਹੀਂ ਕਰ ਰਹੇ ਬੜੀ ਵੱਡੀ ਡਿਸ ਸਰਵਿਸ ਕਰ ਰਹੇ ਨੇ ਜੀ ਅ ਦੂਸਰੇ ਦੋ ਤਿੰਨ ਇਸ਼ੂ ਜਿਹੜੇ ਪੰਜਾਬ ਜਾਂ ਸਾਊਥ ਏਸ਼ੀਅਨ حوالے ਨਾਲੋਂ ਸਿੱਖ حوالے ਨਾਲ ਨੇ ਪਿਛਲੇ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਇੰਟਰਵਿਊ ਜਿਹੜਾ ਕਿ ਸਾਰੇ মিডিਆ 'ਚ ਜਿਸ ਦਾ ਜ਼ਿਕਰ ਹੈ ਉਹ ਪ੍ਰੈਸ ਕਾਨਫਰੰਸ ਟਾਈਪ ਹੀ ਆ ਉਹਦੀ ਜੀ ਔਰ ਉਹਦੇ 'ਚ ਉਹਨੂੰ ਪੁੱਛਿਆ ਗਿਆ ਕਿ ਧਾਰਾ 25 ਦੇ ਵਿੱਚ ਅਮੈਂਡਮੈਂਟ ਦੀ ਜਿਹੜੀ ਹੈ ਸਿੱਖਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਦਿਨਾਂ 'ਚ ਸੁਖਬੀਰ ਬਾਦਲ ਨੇ ਮੰਗ ਕੀਤੀ ਹੈ অলরেডি 6 ফর জাস্টিস ਨੇ ਜਿਹੜਾ ਪੈਟੀਸ਼ਨ ਕੈਂਪੇਨ ਸ਼ੁਰੂ ਕੀਤਾ ਹੈ ਜਿਹਦੇ ਚ ਲਗਭਗ 30000 ਦੇ ਕਰੀਬ ਦਸਕਤ ਹੋ ਚੁੱਕੇ ਨੇ ਦੁਨੀਆ ਭਰ ਦੇ ਵਿੱਚ ਔਰ ਉਹਦੀ ਹਮਾਇਤ इवन ਸ਼ੋਮਨੀ ਕਮੇਟੀ ਪ੍ਰਧਾਨ ਮੱਕੜ ਨੇ ਵੀ ਕੀਤੀ ਹੈ ਉਹਨੇ ਵੀ ਲੁਧਿਆਣੇ ਚ ਕਿਹਾ ਹੈ ਕਿ ਜੀ ਅਸੀਂ ਆਪਣੇ ਮੁਲਾਜ਼ਮਾਂ ਨੂੰ ਵੀ ਕਹਿੰਦੇ ਹਾਂ ਕਿ ਉਹ ਇਸ ਦੇ ਉੱਤੇ ਦਸਕਤ ਕਰਵਾਉਣ ਕਰਵਾਉਣਗੇ ਜਾਂ ਨਹੀਂ ਕਰਵਾਉਣਗੇ ਪਰ ਘੱਟੋ ਘੱਟ ਉਹਨਾਂ ਨੇ ਸਪੋਰਟ ਥਰੋ ਕੀਤੀ ਹੈ ਔਰ ਮੈਂ ਵੀ ਇਹ ਪਰਜ਼ੋਰ ਜਿਹੜੀ ਹੈ ਬੇਨਤੀ ਕਰਾਂਗਾ ਜੀ ਟੀਵੀ 84 ਦੇ ਨਾਲ ਜੁੜੇ ਹੋਏ ਦਰਸ਼ਕਾਂ ਨੂੰ ਸ਼ਰੋਤਿਆਂ ਨੂੰ ਜੀ ਕਿ ਤੁਹਾਡੇ ਕੋਲ ਹਰ ਇੱਕ ਦੇ ਕੋਲ ਹੁਣ ਈਮੇਲ ਹੈ ਤੁਸੀਂ ਕਿਉਂਕਿ ਇੱਕ ਪ੍ਰੋਪਰ ਪੈਟੀਸ਼ਨ ਦਾ ਪ੍ਰੋਸੀਜਰ ਹੈ ਤੁਸੀਂ ਇਸ ਪੈਟੀਸ਼ਨ ਦੇ ਉੱਤੇ ਦਸਤਖਤ ਕਰੋ ਕਿਉਂਕਿ ਇਹ ਦਸੰਬਰ ਐਂਡ ਤੋਂ ਪਹਿਲਾਂ-ਪਹਿਲਾਂ 1 ਲੱਖ ਸਿਗਨੇਚਰ ਜਿਹੜੇ ਨੇ 30 ਦਿਨ ਦੀ ਵਿੰਡੋ ਹੁੰਦੀ ਹੈ ਔਰ ਆਲਮੋਸਟ 2 ਹਫ਼ਤੇ ਦਾ ਟਾਈਮ ਹੀ ਵਿਚਾਲੇ ਜੀ ਸੋ ਅਜੇ ਨੰਬਰ ਸਿਰਫ 30000 ਤੱਕ ਪਹੁੰਚਿਆ ਸੋ ਪਿਛਲੇ ਵੀਕਐਂਡ ਤੇ ਵੀ ਗੁਰਦੁਆਰਿਆਂ ਚ ਵਿਚ ਵੀ ਐਫਰਟ ਹੋਇਆ ਪਰ ਕਿਉਂਕਿ ਇਹ ਬੜਾ ਕਲੀਅਰਲੀ ਜਿਹੜਾ ਮੈਸੇਜ ਹੈ ਇਸ ਪਟੀਸ਼ਨ ਦੇ ਵਿੱਚ ਤਿੰਨ ਨੁਕਤੇ ਨੇ ਕਿ ਭਾਈ ਸਿੱਖਾਂ ਨੇ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਿਆ ਸਾਡੇ ਨੁਮਾਇੰਦਿਆਂ ਨੇ ਦਸਕਤ ਦੇ ਉੱਤੇ ਨਹੀਂ ਕੀਤੇ ਔਰ ਇਹਨਾਂ ਨੇ ਸਾਡੀ ਇੱਕ ਤੋਂ ਬਾਅਦ ਇੱਕ ਨਸਲ ਕੁਸ਼ੀ ਕੀਤੀ ਔਰ ਤੀਸਰਾ ਕਿ ਰਾਈਟ ਟੂ ਸੈਲਫ ਡਟਰਮੀਨੇਸ਼ਨ ਸਾਡਾ ਹੱਕ ਹੈ ਸੋ ਇਹ ਕਹਿ ਕੇ ਪ੍ਰੈਜ਼ੀਡੈਂਟ ਓਬਾਮਾ ਨੂੰ ਕਿਹਾ ਗਿਆ ਕਿ ਵੀ ਤੂੰ ਜਿਹੜਾ 26 ਜਨਵਰੀ ਨੂੰ ਜਾਣਾ ਹੈ ਉਥੇ স্পেশাল গেস্ট ਬਣ ਕੇ ਸੋ ਇਹ ਮੁੱਦੇ ਜਿਹੜੇ ਨੇ ਉਥੇ ਨਰਿੰਦਰ ਮੋਦੀ ਦੇ ਨਾਲ ਉਠਾ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬੜਾ ਇੰਪੋਰਟੈਂਟ ਨੇ ਤਿੰਨੋ ਹੀ ਵਾਕਿਆ ਜਿਹੜੇ ਨੇ ਉਹ ਸਾਡੇ ਕੇਸ ਨੂੰ ਜਿਹੜਾ ਖਾਲਸਾਣ ਦਾ ਕੇਸ ਹੈ ਰਾਈਟ ਆਫ ਸੈਲਫ ਟਰਮੀਨੇਸ਼ਨ ਜਿਹੜੀ ਹੈ ਉਹ ਸਿੱਖ ਨਸਲਕੁਸ਼ੀ ਔਰ ਡੀ ਜੂਰਿਸ ਸਾਡਾ ਭਾਰਤੀ ਸੰਵਿਧਾਨ ਦਾ ਹਿੱਸਾ ਨਾ ਹੋਣਾ ਜੀ ਇਸ ਦੇ ਵਿੱਚੋਂ ਹੀ ਨਿਕਲਦੇ ਔਰ ਇਸ ਸੰਬੰਧੀ ਸਭ ਜਿਹੜਾ ਬਹੁਤ ਜ਼ੋਰਦਾਰ ਪ੍ਰੋਟੈਸਟ ਮੈਲਬਰਨ ਦੇ ਵਿੱਚ ਸਿਕ ਸੰਗਤਾਂ ਨੇ ਕੀਤਾ ਔਰ ਉਹਨਾਂ ਦੀ ਬੇਨਤੀ ਤੇ ਅਸੀਂ ਜਿਹੜਾ ਉਹਨਾਂ ਸੰਗਤਾਂ ਦੇ ਨਾਮ ਮੈਸੇਜ ਵੀ ਦਿੱਤਾ ਸੀ ਜਿਸ ਨੂੰ ਉੱਥੇ ਵਖਾਇਆ ਗਿਆ ਸਾਨੂੰ ਬਹੁਤ ਸਾਰੀਆਂ ਉਸ ਦੇ ਉੱਤੇ ਫੇਸਬੁੱਕ ਮੈਸੇजेस, ਈਮੇਲਸ ਔਰ ਫੋਨ ਕਾਲਸ ਵੀ ਆਈਆਂ ਨੇ ਬਹੁਤ ਸਾਰਿਆਂ ਨੇ ਪਸੰਦ ਕੀਤਾ, ਅਪਰੀਸ਼ੀਏਟ ਕੀਤਾ। ਤੁਸੀਂ ਸਮਝਦੇ ਹੋ ਕਿ ਉਸ ਦੇ ਵਿੱਚ ਵੀ ਅਸੀਂ ਇਹੀ ਕੇਸ ਬਿਲਡ ਕੀਤਾ ਸੀ ਕਿ ਅਲਟੀਮੇਟਲੀ ਜਿਹੜਾ ਸਾਡੀ ਸਾਡਾ ਰਾਹ ਉਹ ਗਾਡੀ ਰਾ ਖਾਲਸਤਾਨ ਪੋਲੀਟੀਕਲ ਇਹ ਡੀਐਮ ਦੇ ਵਿੱਚ ਔਰ ਇਸ ਤੋਂ ਬਿਨਾ ਜਿਹੜੀ ਐਸਿਕ ਕਾਮ ਸਰਵਾਈਵ ਨਹੀਂ ਕਰੇਗੀ ਸੋ ਮੈਂ ਬੇਨਤੀ ਕਰਾਂਗਾ ਕਿ ਸਿੱਖ ਸੰਗਤਾਂ ਜਿਹੜੀਆਂ ਨੇ ਇਸ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਨੇ ਇੱਕ ਘਰ ਦੇ ਚਾਰ ਮੈਂਬਰ ਨੇ ਉਹਨਾਂ ਚ ਹਰ ਇੱਕ ਦੇ ਆਪਣੇ ਆਪਣੇ ਜੇ ਗੱਡੀਆਂ ਨੇ ਆਪਣੇ ਕੋਲ ਹਰ ਇੱਕ ਦਾ ਆਪਣਾ ਈਮੇਲ ਵੀ ਹੈ ਜੀ ਸੋ ਮੇਕ ਸ਼ੋਰ ਕਰੋ ਵੀ ਪ੍ਰੋਪਰ ਉਹ ਪਟੀਸ਼ਨ ਤੇ ਜਾ ਕੇ ਉਹਨੂੰ ਭਰ ਕੇ ਉਸ ਤੋਂ ਬਾਅਦ ਵਾਈਟ ਹਾਊਸ ਤੋਂ ਤੁਹਾਨੂੰ ਆਉਂਦੀ ਹੈ ਇੰਡੀਕੇਸ਼ਨ ਉਹਨੂੰ ਤੁਸੀਂ ਕਲਿੱਕ ਕਰਦੇ ਹੋ ਤੁਹਾਡਾ ਜਿਹੜੀ ਇਹ ਗਿਣਤੀ ਕਾਊਂਟ ਹੁੰਦੀ ਹੁਣ ਇੱਕ ਪਾਸੇ ਤਾਂ ਈਵਨ ਅਕਾਲੀ ਭਾਵੇਂ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਬੀਜੇਪੀ ਹੁਣ ਠੁੱਡ ਮਾਰ ਰਹੀ ਹੈ ਕਿ ਉਹ ਵੀ ਪੰਥਕ ਏਜੰਡੇ ਵੱਲ ਮੁੜਨਾ ਚਾਹੁੰਦੇ ਨੇ ਇੱਕ ਪੂਰਾ ਇਹਦੇ ਤੇ ਮੋਮੈਂਟਮ ਬਿਲਟ ਹੋ ਰਹੀ ਹੈ ਇੰਟਰਨੈਸ਼ਨਲੀ ਔਰ ਜਦੋਂ ਉਸ ਪ੍ਰੈਸ ਕਾਨਫਰੰਸ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਜੀ ਆਰਟੀਕਲ 25 ਦਾ ਜਿਹੜਾ ਸੈਕਸ਼ਨ 20 ਹੈ ਤਾਰਾ 20 ਉਹ ਸਿੱਖਾਂ ਨੂੰ ਹਿੰਦੂ ਬਣਾਉਂਦੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਔਰ ਉਹਦਾ ਜਵਾਬ ਸੀ ਕਿ ਜੀ ਸਿੱਖ ਧਰਮ ਤਾਂ 500 ਸਾਲ ਤੋਂ ਹੀ ਆ ਉਸ ਤੋਂ ਪਹਿਲਾਂ ਅਸੀਂ ਕੀ ਸੀ ਜੀ ਸੋ ਅਸੀਂ ਪਿਛਲੇ ਦਿਨਾਂ ਜ ਆਪਣੇ ਪ੍ਰੋਗਰਾਮਸ ਵਿੱਚ ਡਿਸਕਸ ਕੀਤਾ ਸੀ ਕਿ ਆਰਐਸਐਸ ਨੇ ਜਿਨ੍ਹਾਂ ਦੇ ਨਾਲ ਆਪਣਾ ਰਾਹਤਾ ਖੋਲੇ ਕਿ ਪੰਜਾਬ ਦੇ ਵਿੱਚ ਜਿਵੇਂ ਬੀਜੇਪੀ ਜਿਹੜੀ ਹੈ ਉਹ ਹੁਣ ਆਪਣੇ ਬਲਬੂਤੇ ਤੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ ਔਰ ਉਹਦੇ ਲਈ ਉਹਨਾਂ ਨੇ ਇਵਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਔਰ ਇਵਨ ਜਗਮੀਤ ਬਰਾੜ ਨਾਲ ਨਵਜੋਤ ਸਿੱਧੂ ਤਾਂ ਹੈ ਹੀ ਆ ਉਹ ਤਾਂ ਐਮਪੀ ਵੀ ਰਿਹਾ ਉਹਨਾਂ ਦਾ ਸੋ ਇਹਨਾਂ ਦੇ ਨਾਲ ਵੀ ਰਫ਼ਤਾ ਖੋਲਿਆ ਹੋਇਆ ਹੈ ਸੋ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਜਾਂ ਸਟੇਟਮੈਂਟ ਦੇਖਣ ਤੋਂ ਬਾਅਦ ਬਿਲਕੁਲ ਸਪਸ਼ਟ ਹੈ ਕਿ ਉਹਨੇ ਇਹ ਮੈਸੇਜ ਕਲੀਅਰਲੀ ਆਰਐਸਐਸ ਨੂੰ ਦਿੱਤੇ ਜੀ ਕਿ ਅਸੀਂ ਮੈਂ ਅਵੇਲੇਬਲ ਹੈ ਔਰ ਇਸ ਤੋਂ ਪਹਿਲਾਂ ਇਹੀ ਕਸ਼ਮੀਰ ਦੇ ਮੁੱਦੇ ਤੇ ਇਹਦਾ ਬਿਆਨ ਪਾਰਲੀਮੈਂਟ ਦੇ ਵਿੱਚ ਜਦੋਂ ਕਿ ਮਾਈਨੋਰਟੀਜ਼ ਦੇ অর ਇਵਨ ਨਾਰਥ-ਈਸਟ ਦੇ ਜਿਹੜੇ ਨੁਮਾਇੰਦੇ ਨੇ ਮੰਗ ਕਰ ਰਹੇ ਸੀ ਕਿ ਸਪੈਸ਼ਲ ਪਾਵਰਜ਼ ਐਕਟ ਜਿਹੜਾ ਜੰਮੂ-ਕਸ਼ਮੀਰ ਦੇ ਵਿੱਚ অর ਕਸ਼ਮੀਰ ਕਾਟੀ ਚਲਾਇਆ ਹੋਇਆ ਜਿਹਦੇ ਥੱਲੇ ਜਿਹਨੂੰ ਮਰਜ਼ੀ ਗੋਲੀ ਕੋ ਮਾਰਦਾ ਹੈ ਫੌਜੀ ਜਾਂ ਜੋ ਜ਼ਬਰਦਸਤਨਾ ਕਰਦੇ ਨੇ ਇਹਨੂੰ ਖਤਮ ਕੀਤਾ ਜਾਏ ਜੀ ਕੈਪਟਨ ਅਮਰਿੰਦਰ ਸਿੰਘ ਨੇ ਆਊਟ ਆਫ ਦਾ ਵੇਅ ਜਾ ਕੇ ਆਪਣੀ ਪਾਰਟੀ ਲਾਈਨ ਨੂੰ ਪਾਸੇ ਰੱਖ ਕੇ ਉਹਦੇ 'ਚ ਉਹਨੇ ਡਿਫੈਂਡ ਕੀਤਾ ਕਿ ਜੀ ਨਹੀਂ ਇਹ ਜਿਹੜਾ ਸਪੈਸ਼ਲ ਪਾਵਰਜ਼ ਐਕਟ ਹੈ ਫੌਜ ਨੂੰ ਇਹ ਵਹੀ ਹੈ ਜਿਵੇਂ ਕੋਈ ਟਾਡਾ ਨੂੰ ਡਿਫੈਂਡ ਕਰੇ ਪੰਜਾਬ ਜਿਵੇਂ ਟੈਰਰਿਸਟ ਐਂਡ ਡਿਸਟਰਪਟਿਵ ਐਕਟੀਵਿਟੀਜ਼ ਐਕਟ ਸੀ ਸੋ ਉਦੋਂ ਜਿਹੜਾ ਐਵੇਂ ਕਰਦਾ ਸੀ ਉਹ ਸਾਨੂੰ ਪਤਾ ਹੁੰਦਾ ਸੀ ਕਿ ਵੀ ਇਹ ਕਿਵੇਂ ਇੰਡੀਅਨ ਏਜੰਸੀਆਂ ਦਾ ਬੰਦਾ ਹੈ ਸੋ ਉਹਨੇ ਉਹਨਾਂ ਨੂੰ ਡਿਫੈਂਡ ਕੀਤਾ ਸੋ ਜ਼ਾਹਰ ਹੈ ਕਿ ਉਹਨਾਂ ਨੂੰ ਮੈਸੇਜ ਦਿੱਤਾ ਕਿ ਮੈਂ ਕਸ਼ਮੀਰੀ ਮੁਸਲਮਾਨਾਂ ਨੂੰ ਜਿਹੜਾ ਦਬਾਉਣ ਦੇ ਲਈ ਤੁਹਾਡੀਆਂ ਨੀਤੀਆਂ ਦਾ ਹਮਾਇਤੀ ਹਾਂ ਔਰ ਇੱਕ ਸਿੱਖ ਹੁੰਦਿਆ ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਜੀ 500 ਸਾਲ ਪਹਿਲਾਂ ਅਸੀਂ ਕੀ ਸੀ ਸੋ ਉਹ ਇਹ ਐਂਡੋਰਸ ਕਰ ਰਿਹਾ ਕਿ ਵੀ ਇਹ ਮੈਂ ਅਵੇਲੇਬਲ ਔਰ ਮੈਂ ਤੁਹਾਡਾ ਇਹ ਜਿਹੜਾ கான்ਸੈਪਟ ਹੈ ਹਿੰਦੂਤਵਾ ਦਾ ਕਿ ਵੀ ਈਸ਼ੂ ਮੈਂ ਮੰਨਦਾ ਇਸੇ ਤਰ੍ਹਾਂ ਹੀ ਜਦੋਂ ਧਰਮ ਪਰिवर्तन ਬਾਰੇ ਉਹਨੂੰ ਪੁੱਛਿਆ ਗਿਆ ਕਿ ਜੀ ਉੱਥੇ ਉਹਨੂੰ ਵੀ ਉਹਨੇ ਜਨਰਲਾਈਜ਼ ਕਰਕੇ ਕਿਹਾ ਜੀ ਉਹ ਤਾਂ ਕੋਈ ਕਿਤੇ ਵੀ ਜਾ ਸਕਦਾ ਹੈ ਸੋ ਜ਼ਾਹਰ ਹੈ ਕਿ ਵੀ ਇਹਨੂੰ ਇਹ ਨਜ਼ਰ ਨਹੀਂ ਆਇਆ ਕਿ ਵੀ ਕਿਸ ਤਰੀਕੇ ਦੇ ਨਾਲ ਜਿਹੜਾ 250 ਬੰਦਾ ਉੱਥੇ ਜ਼ਬਰਦਸਤੀ ਜਿਹੜਾ ਉਹ ਹਿੰਦੂ ਬਣਾਇਆ ਗਿਆ 크ਿਸਮਸ ਵਾਲੇ ਦਿਨ 25000 ਰਾ ਜਿਹੜਾ 25000 ਨੇ 5000 ਮੁਸਲਮਾਨਾਂ ਔਰ ਇਸਾਈਆਂ ਨੂੰ ਵਿਸ਼ਵ ਹਿੰਦੂ ਪਰਿਸ਼ਦ ਨੇ ਐਲਾਨ ਕੀਤਾ ਕਿ ਵੀ ਅਸੀਂ ਜਿਹੜਾ ਉਹ ਬਣਾਣਾ ਹੈ ਉਹਨੂੰ ਹਿੰਦੂ ਕਨਵਰਟ ਕਰਨਾ ਔਰ ਇਹ ਬੰਦਾ ਔਰ ਅੱਜ ਕੱਲ ਹੀ ਜਦੋਂ ਮੈਂ ਜਿਹੜਾ ਮੌਨਟਰੀਅਲ ਤੋਂ ਇੱਕ ਵਿਸ਼ੇਸ਼ ਰੇਡੀਓ ਹਮਸਫਰ ਉਹਨਾਂ ਦਾ ਇੱਕ ਸੈਗਮੈਂਟ ਉਦਮਦਾ ਹੁੰਦਾ ਹੈ ਸ਼ਾਮ ਨੂੰ 7:30 ਤੋਂ 7:40 ਉਸ ਦੇ ਉੱਤੇ ਵੀ ਇਹ ਸਵਾਲ ਦੇ ਉੱਤੇ ਮੈਂ ਕਿਹਾ ਮੈਂ ਕਿਹਾ ਜੀ ਇਹਨਾਂ ਦੇ ਤਾਂ ਪੁਰਵਜਾਂ ਦਾ ਇਹਨਾਂ ਦੇ ਪੁਰਵਜ ਇਹ ਨਹੀਂ ਕਿ 500 ਸਾਲ ਪਹਿਲਾਂ ਕੀ ਸੀ ਇਹ ਤਾਂ ਪਾਵਰ ਦੇ ਸਤਾ ਦੇ ਗਲਿਆਰਿਆਂ 'ਚ ਜਾਣ ਦੇ ਲਈ ਕਿਸੇ ਦੇ ਵੀ ਕੁੱਤੇ ਬਣਨ ਨੂੰ ਤਿਆਰ ਨਹੀਂ ਜੀ ਕਿ ਵੀ ਇਹਨਾਂ ਦਾ ਜਿਹੜਾ ਵਡੇਰਾ ਆਲਾ ਸਿੰਘ ਸੀ ਉਹਨੂੰ ਰਾਜੇ ਦਾ ਖਿਤਾਬ ਜਿਹੜਾ ਉਹ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਹੋਇਆ ਸੀ ਔਰ ਇਹ ਇਹਨਾਂ ਦੀ ਪਰਤਰੀ ਕਿ ਵੀ ਇਹ ਜਦੋਂ ਵੀ ਇਹਨਾਂ ਦਾ ਕੋਈ ਬੰਦਾ ਸੀ ਆ ਕੇ ਬਾਦਸ਼ਾਹ ਇੱਕ ਮਰਦਾ ਸੀ ਦੂਜੇ ਦੀ ਗੱਦੀ ਨਿਸ਼ੀ ਨਹੀਂ ਹੁੰਦੀ ਸੀ ਤੇ ਇਹ ਜਿਹੜਾ ਸਿੱਕਾ ਜਾਰੀ ਕਰਦੇ ਸੋ ਤੇ ਅਬਦਾਲੀ ਦੀ ਫੋਟੋ ਲਾਈ ਹੁੰਦੀ ਸੀ ਹੁਣ ਵੀ 1930ਵਿਆਂ ਚ ਜਦੋਂ ਭੁਪਿੰਦਰ ਸਿੰਘ ਮਰਿਆ ਮਹਾਰਾਜਾ ਔਰ ਯਾਦਵੰਦਰ ਸਿੰਘ ਦਾ ਪਿਓ ਬੈਠਾ ਜਿਹੜਾ ਉਸ ਦੇ ਉੱਤੇ ਗੱਦੀ ਤੇ ਤੇ ਉਹਨਾਂ ਉਦੋਂ ਵੀ ਉਹ ਜਿਹੜੇ ਇਹਨਾਂ ਦੀ ਟਕਸਾਲ ਦੇ ਵਿੱਚੋਂ ਸਿੱਕੇ ਜਿਹੜੇ ਨੇ ਅਬਦਾਲੀ ਦੀ ਫੋਟੋ ਵਾਲੇ ਇਹਨਾਂ ਨੇ ਕੱਢੇ ਨੇ ਔਰ ਇਹੀ ਹਾਲ ਇਹਦੇ ਪਿਓ ਦਾ ਸੀ ਯਾਦਵੰਦਰ ਦਾ ਕਿ ਵੀ 570 ਜਿਹੜੇ ਪ੍ਰਿੰਸ ਸੀ ਚੈਂਬਰ ਆਫ ਪ੍ਰਿੰਸਸ ਉਹਦਾ ਚਾਂਸਲਰ ਸੀ ਔਰ ਕੀ ਲਾਈਨ ਲੈਣੀ ਹੈ ਉਹ ਬਾਕੀਆਂ ਨਾਲ ਡਿਸਕਸ ਕਰਨ ਤੋਂ ਪਹਿਲਾਂ ਹੀ ਕਿ ਜਿਹੜਾ ਇਹਨੇ ਇੰਡੀਅਨ ਯੂਨੀਅਨ ਜੁਆਇਨ ਕਰ ਲਈ ਸੀ ਔਰ ਬਾਅਦ ਚ ਐਂਬੈਸਟਰ ਬਣ ਗਿਆ ਸੀ ਔਰ ਬਾਕੀ ਸਾਰਿਆਂ ਨੂੰ ਡੰਪ ਕਰ ਦਿੱਤਾ ਸੀ ਜੀ ਇਹਨੇ ਆਪਣੀ ਮਾੜੀ ਮੋਟੀ ਇੱਜ਼ਤ ਬਣਾਈ ਸੀ ਸਿੱਖਾਂ 'ਚ ਕਈ ਸੋਚਣ ਲੱਗ ਗਏ ਸੀ ਵੀ ਚਲੋ ਇਹਦਾ ਜਿਹੜਾ ਕਿਰਦਾਰ ਹੈ ਆਪਣੇ ਪੁਰਖਿਆਂ ਤੋਂ ਵੱਖਰਾ ਹੈ ਪੁਰਖੇ ਇਹਦੇ ਜਿਹੜੇ ਨੇ ਆਲਾ ਸਿੰਘ ਦੀ ਗੱਲ ਕੀਤੀ ਹੈ ਦੂਜਿਆਂ ਦੀ ਉਹ ਵੱਡਾ ਕਲੂਕਾਰਾ ਹੋਇਆ ਇਹਨਾਂ ਦੇ ਇਲਾਕੇ ਦੇ ਬਿਲਕੁਲ ਨਾਲ ਲੱਗਦੇ ਕੁਪਤੇ ਰਹੀੜਾ ਨੇ ਮਲੇਰਕੋਟਲੇ ਦੇ ਨੇੜੇ ਔਰ ਇਹਨਾਂ ਨੇ ਉਦੋਂ ਜਿਹੜੀ ਅਫਦਾਲੀ ਦੀ ਮਦਦ ਕੀਤੀ ਸੀ ਅੰਗਰੇਜ਼ਾਂ ਦੇ ਨਾਲ ਰਲ ਕੇ ਇਹਨਾਂ ਨੇ ਪਹਿਲੀ ਸਿੱਖ ਅੰਗਰੇਜ਼ جنگ ਦੇ ਵੇਲੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ ਸੋ ਇਹਨੇ ਥੋੜੀ ਜਿਹੀ ਹਟਵੀਂ ਲਾਈਨ ਲਈ ਸੀ ਅਮਰਿੰਦਰ ਸਿੰਘ ਨੇ ਜੂਨ 84 ਚ ਅਸਤੀਫਾ ਦੇ ਕੇ ਬਹੁਤਿਆਂ ਨੂੰ ਲੱਗਾ ਕਿ ਸ਼ਾਇਦ ਇਹ ਆਪਣੇ ਉਹ ਜਿਹੜਾ ਪੁਰਖਿਆਂ ਦੀ ਐਂਟੀ ਸਿੱਖ ਲਾਈਨ ਹੈ ਉਸ ਤੋਂ ਹਟਵਾ ਸੋਚੇਗਾ ਪਰ ਇਹ ਹੁਣ ਸੱਤਾ ਦੀ ਭੁੱਖ ਨੇ ਇਹਨੂੰ ਇਸ ਕਦਰ ਅੰਨਿਆ ਕਰ ਦਿੱਤੇ ਕਿ ਇਹ ਸਿੱਖਾਂ ਨੂੰ ਹਿੰਦੂ ਬਣਾਉਣ ਦੇ ਉੱਤੇ ਖੜੇ ਔਰ ਇਹਨੂੰ ਤੁਸੀਂ ਜਿਹੜਾ ਇੱਕ ਦਾਇਰਾਕਾਰ ਚ ਜਿਹਨੇ ਅਸੀਂ ਨਾ ਦੇਖੀਏ ਕਿ ਕਿਵੇਂ ਇਹ ਹੁਣ ਲਾਈਨ ਸਾਰੀ ਬਦਲ ਰਹੀ ਕਿਉਂਕਿ ਜਦੋਂ ਤੁਸੀਂ ਇੱਕ ਪਾਸੇ ਇਹਦੀ ਕਰਤੂਤ ਦੇਖਦੇ ਹੋ ਦੂਜਾ ਉਹਦਾ ਕਾਤਲ ਬੇਅੰਤਾ ਜਿਹੜਾ ਪੰਜਾਬ ਦਾ 부ਛੜ ਚੀਫ ਮਿਨਿਸਟਰ ਰਿਹਾ ਉਸਦਾ ਪੋਤਾ ਰਵਨੀਤ ਬਿੱਟੂ ਜਿਹੜਾ ਕਿ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਬਣਿਆ ਉਹਨੇ ਪਾਰਲੀਮੈਂਟ ਦੇ ਵਿੱਚ ਖੋਲੋ ਕੇ ਕਹਿ ਜੇ ਜਦੋਂ ਇਹ ਐਲਾਨ ਹੋਇਆ ਕਿ ਇੰਡੀਅਨ ਹੋਮ ਮਿਨਿਸਟਰੀ ਨੇ ਜਿਹੜਾ ਪਹਿਲਾਂ ਐਲਾਨ ਕੀਤਾ ਸੀ ਕਿ ਜੀ ਅਸੀਂ ਨਵੰਬਰ 84 ਚ ਜਿਹੜੇ ਇਫੈਕਟਡ ਨੇ ਉਹਨਾਂ ਨੂੰ ਹਰ ਇੱਕ ਨੂੰ 5-5 ਲੱਖ ਰੁਪਈਆ ਦੇਵਾਂਗੇ ਫਿਰ ਉਹ ਉਹਨਾਂ ਦਾ ਉਹ ਜ਼ਾਬਤਾ ਆ ਗਿਆ ਚੋਣ ਜ਼ਾਬਤਾ ਕਸ਼ਮੀਰ ਦੀਆਂ ਜੈਸ਼ਾਹਰ ਚਾਰਖੰਡ ਦੀਆਂ ਇਲੈਕਸ਼ਨਾਂ ਉਹਨਾਂ ਨੇ ਮੁੱਕਰ ਗਏ ਹੋਮ ਮਿਨਿਸਟਰੀ ਕੀ ਅਸੀਂ ਤਾਂ ਕਰਦਾ ਕੀਤਾ ਹੀ ਨਹੀਂ ਜੀ ਪਰ ਹੁਣ ਉਹਨਾਂ ਨੂੰ ਲੱਗਾ ਕਿ ਵੀ ਇਹ ਦਾ ਮਾੜਾ ਅਸਰ ਪੈਗਾ ਸਿੱਖਾਂ ਦੇ ਪੰਜਾਬ ਜਾ ਕੇ ਫਿਰ ਉੱਥੇ ਵੋਟਾਂ ਲੈਣੀਆਂ ਨੇ ਔਰ ਉਹਨਾਂ ਨੇ ਕਿਹਾ ਜੀ ਅਸੀਂ 5-5 ਲੱਖ ਦਾ ਜਿਹੜਾ ਉਹ ਐਲਾਨ ਕਰ ਰਹੇ ਔਰ ਇਹਦੇ ਜਵਾਬ ਚ ਨੇ ਰਵਨੀਤ ਬਿੱਟੂ ਨੇ ਪਾਰਲੀਮੈਂਟ ਚ ਕਿਹਾ ਉਹਨੇ ਕਿਹਾ ਜੀ ਤੁਸੀਂ ਇਧਰ ਤਾਂ 5 ਲੱਖ ਦੇ ਰਹੇ ਜੀ ਪੰਜਾਬ ਦੇ ਵਿੱਚ ਹੁਣ ਇਹ ਫਿਗਰ ਵੀ ਕਿਉਂਕਿ ਮੈਂ ਇਹਨਾਂ ਦੋਨਾਂ ਨੂੰ ਇਸ ਲਈ ਲਿੰਕ ਕਰ ਰਹੇ ਹਾਂ ਕਿ ਇਹ ਅਮਰਿੰਦਰ ਸਿੰਘ ਨੇ ਹੀ ਕੁਛ ਦਿਨ ਪਹਿਲਾਂ ਕਿਹਾ ਸੀ ਕਿ ਜੀ ਬਾਦਲ ਟੱਬਰ ਜਿਹੜਾ ਪੰਜਾਬ ਦੇ ਵਿੱਚ 35000 ਹਿੰਦੂ ਮਾਰਿਆ ਗਿਆ ਉਹਦੀ ਕਦੇ ਗੱਲ ਨਹੀਂ ਕਰਦਾ ਹੁਣ ਇਹ 35000 ਦੀ ਫਿਗਰ ਨੂੰ ਰਵਨੀਤ ਬਿੱਟੂ ਨੇ ਪਾਰਲੀਮੈਂਟ ਦੇ ਵਿੱਚ ਕੋਟ ਕਰਦੇ ਆ ਕਿ ਕਿ ਜੇ ਇਧਰ ਜੇ ਤੁਸੀਂ 5-5 ਲੱਖ ਦਿੱਤਾ ਤੇ ਜਿਹੜੇ 35000 ਵੇ ਗੁਣਾ ਜਿਹੜੇ ਬੱਸਾਂ ਜੋ ਕੱਢ ਕੇ ਟ੍ਰੇਨਾਂ ਜੋ ਕੱਢ ਕੇ ਦੂਜੇ ਪੰਜਾਬ 'ਚ ਮਾਰੇ ਗਏ ਉਹਨਾਂ ਨੂੰ 15-15 ਲੱਖ ਰੁਪਈਆ ਦੇਣ ਦਾ ਐਲਾਨ ਕਰੋ ਉਹਨਾਂ ਦੇ ਟੱਬਰ ਦੇ ਹਰ ਜੀ ਨੂੰ ਇੱਕ ਜੀ ਨੂੰ ਜਿਹੜਾ ਉਹ ਨੌਕਰੀ ਦਿਓ ਔਰ ਇਧਰ ਜਿਹੜੇ ਮੈਮੋਰੀਅਲ ਬਣ ਰਹੇ ਨੇ ਕਿ ਜੀ ਦਿੱਲੀ 'ਚ ਬਣ ਗਿਆ ਜਾਂ ਮਿਲਿਟੈਂਟਸ ਦੀਆਂ ਫੋਟੋਆਂ ਵਾਲਾ ਅੰਮ੍ਰਿਤਸਰ 'ਚ ਬਣ ਗਿਆ ਜਿਹੜੀ ਯੂਨੀਅਨ ਗਵਰਨਮੈਂਟ ਹੈ ਉਹ ਇਹਨਾਂ ਦੇ ਜਿਹੜੇ 35000 ਬੇਗੁਨਾ ਇਹਨਾਂ ਦਾ ਮਤਲਬ ਹਿੰਦੂ ਹੈ ਮਾਰੇ ਗਏ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਨੇ ਉਹ ਮੈਮੋਰੀਅਲ ਬਣਾਇਆ ਜਾਏ 15-15 ਲੱਖ ਟਬਰ ਨੂੰ ਦਿੱਤਾ ਜਾਏ ਔਰ ਇਹ ਜਿਹੜਾ 파ਰਟ ਹੈ ਇਸ ਨੂੰ ਉਹਨੇ ਇੱਕ ਇੱਕ ਨੂੰ ਨੌਕਰੀ ਦਿੱਤੀ ਜਾਏ ਹੁਣ ਇਹ ਸਾਰੇ ਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਕਾਂਗਰਸ ਜਦੋਂ ਅਸੀਂ ਇਹ ਅਕਸਰ ਕੋਟ ਕਰਦੇ ਔਰ ਮਾਸਤਾਰਾ ਸਿੰਘ ਨਹੀਂ ਅਖੀਰ ਇਹਨੇ 47 ਦੇ ਵਿੱਚ ਗਲਤੀ ਕੀਤੀ ਇੰਨਾ ਵੱਡਾ ਗਲਤੀ ਕਿ ਇਡਾ ਗਲਤਾ ਕੀਤਾ ਕੋਈ ਫਿਰ ਕਹਿਣ ਤੇ ਮਜਬੂਰ ਸੀ ਕਿ ਭਾਈ ਇਹ ਜਿਹੜਾ ਬਹੁ ਗਿਣਤੀ ਦਾ ਗਲਬਾ ਹੁੰਦਾ ਹੈ ਹੈਜਮਨੀ ਆਫ ਦਾ ਮੈਜੋਰਟੀ ਜੀ ਇਹ ਡਿਕਟੇਟਰਸ਼ਿਪ ਤੋਂ ਵੀ ਬੱਦਤਰ ਹੁੰਦੀ ਕਿਉਂਕਿ ਡਿਕਟੇਟਰਸ਼ਿਪ 'ਚ ਤੁਹਾਡੇ ਕੋਲ ਹੋਪ ਹੁੰਦੀ ਹੈ ਕਿ ਡਿਕਟੇਟਰ ਮਰ ਜਾਏਗਾ ਤੇ ਸ਼ਾਇਦ ਤੁਹਾਡੀ ਜਾਨ ਛੁੱਟ ਜਾਏ ਪਰ ਇੱਥੇ ਤਾਂ ਇੱਕ ਤੋਂ ਬਾਅਦ ਇੱਕ ਜਿਹੜਾ ਵੀ ਆਏਗਾ ਉਹ ਬਹੁ ਗਿਣਤੀ ਨੂੰ ਹੀ ਖੁਸ਼ ਕਰਨ ਤੇ ਹੋਏਗਾ ਤੁਹਾਡੀ ਜਾਣ ਨਹੀਂ ਛੁੱਟੇਗੀ ਸੋ ਅੱਜ ਜਿਹੜਾ ਵਰਤਾਰਾ ਇਹ ਕੈਪਟਨ ਅਮਰਿੰਦਰ ਸਿੰਘ ਦਾ ਇਹ ਰਵਨੀਤ ਬਿੱਟੂ ਇਹ ਸਿੱਖ ਨੇ ਸਿਰਾਂ ਤੇ ਇਹਨਾਂ ਨੇ ਪੱਗਾਂ ਬੰਨੀਆਂ ਹੋਈਆਂ ਆਪਣੇ ਆਪ ਨੂੰ ਇਹ ਸਿੱਖ ਕਹਿੰਦੇ ਨੇ ਔਰ ਕਲੇਮ ਕਰਦੇ ਨੇ ਕਿ ਜੀ ਅਸੀਂ ਇਹ ਖਾਸ ਤੌਰ ਤੇ ਅਮਰਿੰਦਰ ਸਿੰਘ ਨਹੀਂ ਕਿ ਵੀ ਮੈਂ ਬਹੁਤ ਸਿੱਖਾਂ ਲਈ ਕਰਦਾ ਸੋ ਇਹ ਅੱਜ ਇਸ ਹੱਦ ਤੱਕ ਬਹੁ ਗਿਣਤੀ ਦਾ ਕਲਚਰ ਕਿ Hindu ਬਣਨ ਨੂੰ ਤਿਆਰ ਹੈ ਜੇ ਇਹਨੂੰ ਅਮਰਿੰਦਰ ਕੁਮਾਰ ਵੀ ਨਾ ਰੱਖਣਾ ਪਿਆ ਤਾਂ ਰੱਖ ਲੇਗਾ ਜੀ ਉਹਨਾਂ ਦਾ ਜਿਹੜਾ ਉਹ ਕੁੱਤਾ ਬਣਨ ਨੂੰ ਤਿਆਰ ਹੈ ਡਿਫੈਂਡ ਕਰ ਰਿਹਾ ਉਹ ਕਈਆਂ ਨੇ ਫਿਰ ਕਾਫੀ ਜਿਹੜਾ ਇਹਨਾਂ ਨੂੰ 76 ਵੀ ਫੇਰਿਆ ਫੇਸਬੁੱਕ ਤੇ ਔਰ ਦੂਜੇ ਕਮੈਂਟ ਤੇ ਉਹਨੇ ਕਿਸੇ ਨੇ ਕਿਹਾ ਉਹਨੇ ਕਿਹਾ ਜੀ ਇਹਦੇ ਇਹ ਜਿਹਨੇ ਸਵਾਲ ਪੁੱਛਿਆ ਵੀ 500 ਸਾਲ ਪਹਿਲਾਂ ਤੁਹਾਡੇ ਪੂਰਵਜ ਕੀ ਸੀ ਉਹਨੇ ਕਿਹਾ ਬਾਂਦਰ ਸੀ ਤੇ ਤੇਰੇ ਪੂਰਵਜ ਬਾਂਦਰ ਸੀ ਜੀ ਸੋ ਇਸ ਹੱਦ ਤੱਕ ਜਦੋਂ ਲੋਕ ਚਲੇ ਜਾਂਦੇ ਨੇ ਜਿੱਥੇ ਈਮਾਨ ਹੀ ਨਹੀਂ ਹੈ ਜੀ ਜੀ ਸੇਧ ਹੀ ਨਹੀਂ ਹੈ ਔਰ ਇਹ ਦਸੋ ਬਾਦਸ਼ਾਹ ਦਾ ਫਰਮਾਨ ਹੈ ਵੀ دین ਨਾਹੀਂ ਯਕੀਨ ਨਾਹੀਂ ਜੀ ਇਹ ਤੁਹਾਡਾ دین ਆਮ ਵੀ ਪੰਜਾਬੀ ਜਿ세 ਕਹਿੰਦੇ ਯਾਰ ਇਹਦਾ ਤਾਂ ਕੋਈ دین ਈ ਮਾਨ ਈ ਨਹੀਂ ਹੈ ਕਿਤੇ ਤੱਕ ਖਲੋ ਜਾਓ ਜੇ ਤੁਸੀਂ ਕਾਂਗਰਸ ਦਾ ਹੀ ਜਿਹੜਾ ਉਹ ਪੱਲਾ ਫੜਿਆ ਹੈ ਕਾਂਗਰਸ ਸਾਹਿਬੀ ਕਨਸਟੀਟਿਊਸ਼ਨ ਜਿਹੜਾ ਹੈ ਉਹ ਘਟੋ ਘਟ ਸੈਕੂਲਰਿਜ਼ਮ ਦੀ ਗੱਲ ਤਾਂ ਕਰਦਾ ਹੈ ਭਾਵੇਂ ਉਹ ਸੈਕੂਲਰਿਜ਼ਮ ਦਾ ਲਬਾਦਾ ਹੀ ਪਾਇਆ ਹੋਇਆ ਹੈ ਉਹ ਧਰਮ ਪਰਿਵਰਤਨ ਹੋ ਰਿਹਾ ਹੈ ਜ਼ਬਰਦਸਤੀ ਲੋਕ ਸਫਰ ਹੋ ਰਹੇ ਨੇ ਚਰਚ ਬਰਨ ਕੀਤੇ ਜਾ ਰਹੇ ਨੇ ਤੱਕਾ ਪੂਰਾ ਜਿਹੜਾ ਹੋ ਰਿਹਾ ਆਸ਼ੂ ਦੋਸ਼ ਦਾ ਮੁੱਦਾ ਹੈ ਇਹਦੇ ਤੇ ਇਹਨਾਂ ਦੀ ਕਿਸੇ ਦੀ ਜ਼ੁਬਾਨ ਨਹੀਂ ਖੁੱਲੀ ਵੀ ਤੁਸੀਂ ਇੰਨਾ ਵੱਡਾ ਲੋਕਾਂ ਨਾਲ ਧੋਖਾ ਕਰ ਰਹੇ ਹੋ ਜਨਵਰੀ ਦਾ ਉਹ ਮਰਿਆ ਹੋਇਆ ਹੈ ਔਰ ਕਿੱਥੇ ਆ ਕੇ ਜਿਹੜਾ ਦਸੰਬਰ ਮੁਕਣ ਲੱਗਾ ਹੈ ਜੇ ਹਾਈ ਕੋਰਟ ਦੇ ਵਿੱਚ ਗੱਲ ਗਈ ਉਹਨੇ ਕਿਹਾ ਇੱਕ ਵਨ ਜੱਜ ਨਹੀਂ ਜਿਹੜਾ ਵਨ ਮੈਂਬਰ ਜੱਜ ਸੀ ਜਸਟਿਸ 베ਦੀ ਦਾ ਕਿ ਵੀ ਫੂਕੋ ਇਹਨੂੰ 15 ਦਿਨਾਂ ਚ ਔਰ ਕਿਵੇਂ ਇੱਕ ਤੋਂ ਬਾਅਦ ਇੱਕ ਉਹਨਾਂ ਦੇ ਡਿਫੈਂਸ 'ਚ ਨਿਕਲੇ ਉਹਨਾਂ ਨੂੰ ਇੱਕ ਭੰਡਾਰਾ ਕਰਨ ਦੀ ਖੁੱਲ੍ਹ ਦੇ ਦਿੱਤੀ ਕਿ ਜੀ ਤੁਸੀਂ ਕਰ ਲਓ 18 ਕੇ 19 ਦਾ ਉਹ ਰੱਖਿਆ ਹੋਗਾ ਜੀ 60-70 ਹਜ਼ਾਰ ਬੰਦਾ ਇਕੱਠਾ ਹੋਏਗਾ ਨਾਲ ਹੀ ਉਹਨਾਂ ਨੇ ਕਿਹਾ ਜੀ ਲੀਗਲ ਆਪਸ਼ਨ ਵੀ ਹੈ ਹੁਣ ਲੀਗਲ ਆਪਸ਼ਨ ਦੇਖ ਲਓ ਵੀ ਅੱਜ ਕੱਲ ਹੀ ਜਿਹੜਾ ਪੈਨਲ ਡਿਸੀਜਨ ਆਇਆ ਹੈ ਇਸ ਦੇ ਉੱਤੇ ਉਹਨਾਂ ਨੇ 9 ਫਰਵਰੀ ਤੱਕ ਜਿਹੜੀ ਹੈ ਡੇਟ ਦੇ ਦਿੱਤੀ ਹੈ ਜੀ ਅਗਲੀ ਸੁਣਵਾਈ ਹੋਏਗੀ ਉਹ ਜਿਹੜਾ ਜਸਟਿਸ ਬੇਦੀ ਦਾ ਫੈਸਲਾ ਸੀ ਕਿ ਉਹਨੂੰ ਫੂਕੋ 15 ਦਿਨ ਦੇ ਵਿੱਚ ਵਿੱਚ ਉਨ ਨੂੰ ਸਟਾਲ ਕਰ ਦੁੱਤੇ ਹੁਣ ਇੱਕ ਪਾਸੇ ਤਾਂ ਸਣੇ ਜੁਡੀਸ਼ਰੀ ਉਸ ਮਾਮਲੇ ਚ ਅਮਰਿੰਦਰ ਸਿੰਘ ਦੀ ਮੂੰਹ ਜਿਹੜੀ ਹੈ ਉਹ ਦੀ ਉਹਦਾ ਜ਼ਬਾਨ ਨਹੀਂ ਖੁੱਲਦੀ ਹੈ ਉਹਦਾ ਮੂੰਹ ਨਹੀਂ ਖੁੱਲਿਆ ਰਵਨੀਤ ਮਿੱਟੂ ਨੂੰ ਨਜ਼ਰ ਇਨੇ ਵੱਡੇ ਫਰਾਡ ਕਿ ਵੀ ਤੁਸੀਂ ਲੋਕਾਂ ਦੇ ਨਾਲ ਜਿਹੜੀਆਂ ਬੇਸਿਕ ਧੋਖੇ ਹੋ ਰਹੇ ਨੇ ਲੇਕਿਨ ਜੇ ਸਿੱਖਾਂ ਨੂੰ ਇਹਦਾ ਇਹ ਨਹੀਂ ਹੈ ਬੰਦਾ ਇਹ ਕਹਿੰਦਾ ਹੈ ਕਿ ਜੀ ਮੈਂ ਇਹਦੇ ਤੇ ਕਮੈਂਟ ਨਹੀਂ ਕਰਨਾ ਸੋ ਇਹ ਕਹਿ ਕੇ ਕਿ ਜੀ ਠੀਕ ਹੈ ਅਸੀਂ ਸਿੱਖਾਂ 500 ਸਾਲ ਪੁਰਾਣੇ ਪਹਿਲਾਂ ਅਸੀਂ ਕੀ ਸੀ ਜੀ ਪਰ ਇਹੀ ਗੱਲ ਇਹੀ ਆਰਗੂਮੈਂਟ ਆਰਐਸਐਸ ਦੇ ਇਹ ਬਿਲਕੁਲ ਆਰਐਸਐਸ ਦੀ ਲਾਈਨ ਹੈ ਮਨ ਲੱਗਦਾ ਵੀ ਇਹਨੇ ਉਹ 80 ਸਿਟੀ ਦੀ ਰਲਈ ਹੋਈ ਹੈ ਹੁਣ ਅਗਲੀ ਖਬਰ ਜਦੋਂ ਵੀ ਕਿਤੇ ਆਏਗੀ ਇਸ ਕਿਸਮ ਦੀ ਵੀ ਹੋ ਸਕਦੀ ਹੈ ਵੀ ਉਹਨੇ ਬੀਜੇਪੀ ਜੁਆਇਨ ਕਰ ਲਈ ਹੈ ਕਿਉਂਕਿ ਉਹਨੇ ਉਹਨਾਂ ਨੂੰ ਕਿਹਾ ਕਿ ਵੀ ਮੈਂ ਅਵੇਲੇਬਲ ਮੈਂ ਤੁਹਾਡੀ ਸਾਈਡੀਓਲੋਜੀ ਨੂੰ ਮੰਨਦਾ ਹਾਂ ਕਸ਼ਮੀਰੀਆਂ ਮੁਸਲਮਾਨਾਂ ਨੂੰ ਮਾਰਨ ਦੇ ਲਈ ਵੀ ਉੱਥੇ ਸਪੈਸ਼ਲ ਪਾਵਰਜ਼ ਐਕਟ ਰੱਖੋ ਅਸੀਂ ਹਿੰਦੂ ਆ ਹਿੰਦੂ ਬਣਾਓ ਔਰ ਤੁਹਾਡਾ ਜਿਹੜਾ ਇਹ ਸਾਰਾ ਸਾਧ ਡਰਾਮ ਹੈ ਪਹਿਲਾਂ ਸੋਦਾ ਸਾਧ ਦੇ ਵਿੱਚ ਆ ਕੇ ਹਾਜ਼ਰੀ ਲੋ ਉਹਨੇ ਡਿਫਾਈਨਡ ਹੋ ਕੇ ਗਿਆ ਸੀ ਜੀ ਮੈਂ ਤਾਂ ਜਾਵਾਂਗਾ ਸੋ ਇਹ ਸਿਚੁਏਸ਼ਨ ਹੈ ਜਿਨ੍ਹਾਂ ਨੂੰ ਕਈ ਵਾਰ ਜਿਨ੍ਹਾਂ ਦਾ ਇੱਕ ਅਦਾ ਐਕਸ਼ਨ ਦੇਖ ਕੇ ਕਈ ਵਾਰ ਅਸੀਂ ਵੀ ਕਮੈਂਟ ਕਰ ਦਿੰਨੇ ਆ ਜੇ ਕਿਸੇ ਦਾ ਕੋਈ ਚੰਗਾ ਕੰਮ ਹੁੰਦਾ ਪਰ ਮੁੱਢਲੇ ਤੌਰ ਤੇ ਇਹ ਵਿਕਿਆ ਹੋਇਆ ਮਾਲ ਹੈ ਜਿਹੜੇ ਕਿ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਬੈਠੇ ਹੋਏ ਨੇ ਔਰ ਬੇਸ਼ੱਕ ਅਕਾਲੀਆਂ ਦੀ ਮਜਬੂਰੀ ਹੈ ਇਸ ਵੇਲੇ ਪੰਥਕ ਏਜੰਡੇ ਦੀ ਗੱਲ ਕਰਨੀ ਪਰ ਮੈਂ ਇਹ ਸਮਝਦਾ ਕਿ ਇਹ ਪੰਜਾਬ ਦੇ ਵਿੱਚ ਜਦੋਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵੀ ਅਜੇ ਬਹੁਤ ਸਾਰੀਆਂ ਸਰਪ੍ਰਾਈਜ਼ਸ ਸਾਹਮਣੇ ਆਣਗੀਆਂ ਜਿਨ੍ਹਾਂ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਸੋ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਜਿਹੜਾ ਉਹ ਐਜ਼ ਅ ਸਰਪ੍ਰਾਈਜ਼ ਕਈਆਂ ਨੂੰ ਆਇਆ ਲੱਗਾ ਲੇਕਿਨ ਆਉਣ ਵਾਲੇ ਦਿਨਾਂ ਵਿੱਚ ਵੀ ਸ਼ੁੱਡ ਬੀ ਰੈਡੀ ਫਾਰ ਮੋਰ ਸਰਪ੍ਰਾਈਜ਼ਸ ਲਾਈਕ ਥਿਸ ਜੀ ਡਾਕਟਰ ਸਾਹਿਬ ਇਹਨਾਂ ਵਿਸ਼ਾ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਆਪਣੇ ਵੀਰਸ ਨੂੰ ਲੈਨੇ ਅਪਡੇਟ ਵਿਅਰਸ ਤੁਹਾਨੂੰ ਇਸ ਤਰ੍ਹਾਂ ਆਪਣੇ ਨਾਲ ਮਿਲਦੇ ਆਂ ਛੋਟੇ ਵਕਤ ਫੇਰ ਤੋਂ ਬਾਅਦ